ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। PCTE ਗਰੁੱਪ ਆਫ ਇੰਸਟੀਚਿਊਟ ਦੇ ਐਂਟਰਪ੍ਰੀਨਰਸ਼ਿਪ ਸੇਲ ਦੁਆਰਾ ਮਾਈਸਟੋਰੀਅਨ ਆਈਡੀਆ ਜਨਰੇਸ਼ਨ ਤੇ ਪੈਨਲ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ਤੇ CIO JD ਗਈ, ਟਾਈ ਚੰਡੀਗੜ੍ਹ ਦੇ ਸੀਨੀਅਰ ਮੈਨੇਜਰ ਵਰੁਣ ਵਸ਼ਿਸ਼ਟ, SNA ਪਾਵਰ ਦੇ ਡਾਇਰੈਕਟਰ ਕਰਨ ਚੇਕਰ ਨੇ ਸ਼ਿਰਕਤ ਕੀਤੀ। ਇਸ ਅਵਸਰ ਤੇ ਸ਼੍ਰੀ JD ਗਈ ਨੇ ਇਹ ਕਹਿੰਦੇ ਹੋਏ ਗੱਲ ਸ਼ੁਰੂ ਕੀਤੀ ਕਿ ਅਧਿਆਪਕਾਂ ਦੇ ਕੋਲ ਇੱਕ ਚੰਗੀ ਵਿਵਸਥਾ ਦਾ ਅਨੁਭਵ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਉਹ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਹੀ ਰਾਹ ਦਿਖਾ ਸਕਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਪੂਰੀ ਤਰ੍ਹਾਂ ਸਥਾਪਿਤ ਕਰਨ ਤੇ ਪ੍ਰੋਫਿਟ ਹਾਸਲ ਕਰਨ ਲਈ 3 ਸਾਲ ਦਾ ਸਮਾਂ ਲੱਗ ਜਾਂਦਾ ਹੈ। ਸਟਾਰਟਅਪ ਤੇ ਐਂਟਰਪ੍ਰੀਨਰਸ਼ਿਪ ਦੇ ਵਿੱਚ ਕਾਫੀ ਘੱਟ ਫਰਕ ਹੈ। ਜਿੱਥੇ ਸਟਾਰਟਅਪ ਟੈਕਨੋਲੋਜੀ ਤੇ ਆਧਾਰਿਤ ਹੈ, ਉੱਥੇ ਐਂਟਰਪ੍ਰੀਨਰਸ਼ਿਪ ਵਿੱਚ ਕਹਾਣੀ ਅਤੇ ਅਨੁਭਵ ਨੂੰ ਸਾਂਝਾ ਕੀਤਾ ਜਾਂਦਾ ਹੈ। ਕਰਨ ਚੇਕਰ ਨੇ ਵੀ ਐਂਟਰਪ੍ਰੀਨਰਸ਼ਿਪ ਦੇ ਅਸਲ ਅਰਥ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਮੱਸਿਆ ਕੀ ਹੈ ਉਸ ਬਾਰੇ ਜਾਣਨਾ ਜ਼ਰੂਰੀ ਹੈ, ਉਸ ਤੋਂ ਬਾਅਦ ਪੋਜ਼ਿਟਿਵ ਬਦਲਾਵ ਲਈ ਉਸ ਦਾ ਹੱਲ ਕੱਢਣਾ ਚਾਹੀਦਾ ਹੈ, ਜਿਸ ਲਈ ਪਲੈਨਿੰਗ ਬਣਾਉਣਾ ਬਹੁਤ ਜ਼ਰੂਰੀ ਹੈ। ਡਾਇਰੈਕਟਰ ਡਾਕਟਰ ਗੌਤਮ ਬਾਂਸਲ ਨੇ ਕਿਹਾ ਕਿ ਇਹ ਪੈਨਲ ਡਿਸਕਸ਼ਨ ਬੱਚਿਆਂ ਲਈ ਕਾਫੀ ਮਦਦਗਾਰ ਰਹੀ ਹੈ ਤੇ ਨਾਲ ਹੀ ਡਾਇਰੈਕਟਰ ਜਨਰਲ ਡਾਕਟਰ KNS ਕੰਗ ਨੇ ਐਂਟਰਪ੍ਰੀਨਰਸ਼ਿਪ ਸੇਲ ਦੀ ਟੀਮ ਨੂੰ ਵੀ ਵਧਾਈ ਦਿੱਤੀ, ਜਿੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਵਧੀਆ ਸਿੱਖਿਆ ਸੰਸਥਾਵਾਂ ਬਣੀਆਂ ਹੋਈਆਂ ਹਨ। ਉੱਥੇ ਕਈ ਵਾਰ ਦੇਖਿਆ ਗਿਆ ਹੈ ਕਿ ਇਹਨਾਂ ਚਰਚਾਵਾਂ ਵਿੱਚ ਸ਼ਾਮਿਲ ਹੋਏ ਬੱਚੇ ਆਪਣੇ ਭਵਿੱਖ ਲਈ ਚਿੰਤਾ ਨਾ ਰੱਖ ਕੇ ਆਪਣੇ ਫੋਨਾਂ ਵਿੱਚ ਰੁੱਝਣਾ ਜ਼ਿਆਦਾ ਪਸੰਦ ਕਰਦੇ ਹਨ। Today we are organizing one day sensitization session on entrepreneurship, in which we have invited some of the eminent speakers like Mr. JD Ghai, the founder and CEO of Santabanda.com, and Mr. Chakkar, he is chairman of SNA Power. The basic objective of this session is to encourage students to go for entrepreneurship. In PCT, we have started this particular initiative in the last 6 months, where we are encouraging students that how they can come up with their new ideas and they can go for startups. And hopefully in future, we will see them at a national level coming up with their own business ventures. Bureau Report, the NRI TV.